ਹਾਂਜੀ ਚੋਣ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਹਾਂਜੀ ਹੰਗਾਰਾ ਬਹੁਤ ਵਧੀਆ ਜੀ, ਬਾਕੀ ਤੁਹਾਨੂੰ ਆਪ ਹੀ ਦੇਖ ਰਿਹਾ, ਤੁਸੀਂ ਮੀਡੀਆ ਹੋ ਸਾਰੇ ਪਿੰਡਾਂ, ਤੁਸੀਂ ਵੀ ਕਵਰ ਕਰਦੇ ਹੋ ਜਾ ਕੇ, ਬਹੁਤ ਸੋਹਣਾ ਹੰਗਾਰਾ। ਹੰਗਾਰਾ ਇਕੱਲੇ ਬਠਿੰਡੇ 'ਤੇ ਨਹੀਂ, ਸੰਗਰੂਰ, ਖੰਡੂਰ ਸਾਹਿਬ, ਫਰੀਦਕੋਟ, ਪੂਰੇ ਪੰਜਾਬ ਦੇ ਅੰਦਰ ਪੰਥਕ ਲਹਿਰ ਹੈ ਜਿਹੜੀ, ਉਹ ਪੂਰੀ ਸਿਖਰਾਂ 'ਤੇ ਹੈ, ਜ਼ੋਰਾਂ 'ਤੇ ਹੈ। ਇਸ ਕਰਕੇ ਇਸ ਵਾਰ ਪੰਜਾਬ ਹਤੈਸ਼ੀ ਬੰਦੇ, ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ, ਕੌਮ ਦਾ ਦਰਦ ਰੱਖਣ ਵਾਲੇ ਬੰਦੇ ਐਤਕੀ ਪਾਰਲੀਮੈਂਟ ਜਾਣਗੇ। ਮੁੱਦੇ ਸਾਡੇ ਜੋ ਪੰਜਾਬ ਦੇ ਸੰਦਰਭ 'ਚ ਵੱਡੇ ਮੁੱਦੇ ਨੇ, ਪਾਣੀਆਂ ਦਾ ਮੁੱਦਾ, ਡੈਮਾਂ ਦੇ ਮੁੱਦੇ ਨੇ, ਰਾਜਧਾਨੀ ਦੇ ਮੁੱਦੇ ਨੇ, ਇਸ ਤੋਂ ਇਲਾਵਾ ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ, ਲਗਾਤਾਰ ਪੰਜਾਬ ਦੇ ਹੱਕਾਂ 'ਤੇ ਡਾਕੇ ਵੱਜੇ, 47 ਤੋਂ ਲੈ ਕੇ ਪੰਜਾਬ ਨੂੰ ਦੱਬਿਆ ਗਿਆ, ਕੁਚਲਿਆ ਗਿਆ, ਲਤਾੜਿਆ ਗਿਆ, ਉਹ ਸਾਰੇ ਮੁੱਦੇ ਜਿਹੜੇ ਹੁਣ ਤੱਕ ਉਠਾਏ ਹੀ ਨਹੀਂ ਗਏ। ਜਿਉਂ ਪੰਜਾਬੀ ਸੂਬਾ ਬਣਿਆ, ਹਰ ਵਾਰੀ ਇੱਥੋਂ ਇਹ ਨਾਅਰੇ ਲੱਗਦੇ ਰਹੇ, ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ, ਪਰ ਉੱਥੇ ਨਾਅਰਿਆਂ 'ਚ ਹੀ ਦੱਬ ਗਿਆ ਕੰਮ। ਉਦੋਂ ਬਾਅਦ ਲਗਾਤਾਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ, ਚਾਹੇ ਉਹ ਬਾਦਲ ਹੋਣ, ਚਾਹੇ ਕਾਂਗਰਸੀ ਹੋਣ, ਚਾਹੇ ਹੁਣ ਆਪ ਵਾਲੇ ਹੋਣ, ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਅੱਗੇ ਗੋਡੇ ਟੇਕੇ ਨੇ। ਕੋਈ ਸਾਡਾ ਮੈਂਬਰ ਪਾਰਲੀਮੈਂਟ, ਚਾਹੇ ਲੋਕ ਸਭਾ ਦਾ ਹੋਵੇ, ਚਾਹੇ ਰਾਜ ਸਭਾ ਦਾ ਹੋਵੇ, ਕਿਸੇ ਨੇ ਵੀ ਜਾ ਕੇ ਹੁਣ ਤੱਕ, ਇੱਕ ਦੋ ਤੋਂ ਇਲਾਵਾ, ਜਿਵੇਂ ਮਾਨ ਸਾਹਿਬ ਨੇ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ ਜਾ ਕੇ ਉੱਥੇ, ਬਾਕੀ ਸਾਰਿਆਂ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ, ਸਾਰੇ ਚੁੱਪ ਕਰ ਜਾਂਦੇ ਆ, ਸ਼ੰਭੂ ਟੱਪਦੇ ਹੀ ਭੁੱਲ ਜਾਂਦੇ ਆ ਪੰਜਾਬ ਨੂੰ। ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਗਜੇ ਮਾਰਦੇ ਆ, ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਪਰ ਉੱਥੇ ਸਾਰੇ ਜਾ ਕੇ ਮੂੰਹ ਚੁੱਪ ਹੋ ਜਾਂਦੇ ਇਹਨਾਂ ਦੇ। ਸੋ ਉਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਚੱਲਦੇ ਆ, ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋਕਾਂ ਨੂੰ ਅਪੀਲ ਇਹ ਆ ਕਿ ਇੱਕ ਐੱਮ ਪੀ ਨੇ ਐੱਮ ਐੱਲ ਏ ਅਤੇ ਐੱਮ ਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ, ਜਿਵੇਂ ਸਮਾਨ ਦਾ ਫਰਕ ਹੈ। ਐੱਮ ਪੀ ਨੇ ਤੁਹਾਡੇ ਸੂਬੇ ਦੀ ਨੁਮਾਇੰਦਗੀ ਕਰਨੀ ਆ, ਤੁਹਾਡੇ ਸੂਬੇ ਦੀ ਗੱਲ, ਤੁਹਾਡੇ ਲੋਕਾਂ ਦੀ ਗੱਲ, ਉੱਥੇ ਜਾ ਕੇ ਜਿੱਥੇ ਰਿਕਾਰਡ ਹੋਣੀ ਆ ਗੱਲ, ਯੂ ਐੱਨ ਓ ਤੱਕ ਨੋਟਸ ਹੋਣੀਆਂ ਨੇ ਗੱਲਾਂ, ਉੱਥੇ ਜਾ ਕੇ ਗੱਲ ਰੱਖਣੀ ਆ। ਇਸ ਲਈ ਬੰਦਾ ਸੋਚ ਸਮਝ ਕੇ ਚੁਣਿਆ ਕਰੋ ਵੀ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ, ਚੁੱਪ ਤਾਂ ਨਹੀਂ ਹੋਜੂਗਾ। ਇਦੋਂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣਦੇ ਰਹੇ ਹਾਂ, ਪਾਰਟੀਆਂ 'ਚ, ਧੜਿਆਂ 'ਚ ਫਸ ਕੇ ਚੁਣਦੇ ਰਹੇ ਹਾਂ ਵੀ ਅਸੀਂ 30 ਸਾਲ ਦੇ ਬਾਦਲਾਂ ਨਾਲ ਹਾਂ, 20 ਸਾਲ ਦੇ ਕਾਂਗਰਸੀ ਹਾਂ, ਅਸੀਂ ਉਸ ਬੰਦੇ ਦੀ ਸੋਚ, ਉਹਦੀ ਸਮਝ, ਉਹਦੀ ਦੂਰਅੰਦੇਸ਼ੀ, ਇਹ ਸੋਚ ਕੇ ਬਹੁਤ ਘੱਟ ਬੰਦਾ ਚੁਣਦੇ ਹਾਂ। ਪਰ ਇਸ ਵਾਰੀ ਮੌਕਾ ਆਇਆ, ਇਹ ਮੌਕਾ ਨਾ ਗਵਾ ਦਿਓ। ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੋਂ ਪੰਜਾਬ ਪੱਖੀ ਜਿਹੜੇ ਲੋਕ ਨੇ ਉਹ ਜਿੱਤ ਕੇ ਪੰਜਾਬ 'ਚੋਂ ਜਾਣੇ ਚਾਹੀਦੇ ਨੇ। ਜਿੰਨੇ ਮੁੱਦੇ ਆਪਾਂ ਹੋਰ ਲੈ ਲਈਏ, ਕਿਸਾਨੀ ਦਾ ਮੁੱਦਾ, ਬੇਅਦਬੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਬੀ ਦੇ ਉੱਤੇ ਬਣਦੀਆਂ ਰਹੀਆਂ, ਬੇਅਦਬੀ ਦੇ ਮੁੱਦੇ ਨੂੰ ਉਭਾਰ ਕੇ ਸਰਕਾਰਾਂ ਬਣਦੀਆਂ ਰਹੀਆਂ, ਪਰ ਹਰ ਵਾਰੀ ਸਿੱਖਾਂ ਦੇ ਪੱਲੇ ਉਹੀ ਕੁਛ ਪਿਆ, ਨਰਾਸਤੀ ਪਈ ਹੈ, ਬੇਇਨਸਾਫੀ ਪਈ ਆ। ਜਾਂ ਮਜ਼ਦੂਰਾਂ ਦੇ ਮੁੱਦੇ ਨੇ, ਜਿਵੇਂ ਹੁਣ ਹਰ ਵਾਰੀ ਇੱਥੋਂ ਮਜ਼ਦੂਰ ਨੂੰ ਇੱਕ ਵੋਟਰ ਮੰਨਿਆ ਜਾਂਦਾ, ਉਹ ਵੋਟਰ ਤੱਕ ਸੀਮਤ ਆ, ਵੋਟ ਲਈ ਭੀਖ ਪਾਈ ਤੁਰ ਗਏ, ਪਰ ਅਸੀਂ ਚਾਹੁੰਦੇ ਹਾਂ ਕਿ ਮਜ਼ਦੂਰਾਂ ਨੂੰ ਵੀ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ। ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾਂਗੇ। ਹੈ ਜੀ, ਬਠਿੰਡਾ ਸਾਰਾ ਕਵਰ ਕਰਤਾ ਜੀ, ਅਸੀਂ 650 ਪਿੰਡ ਆ, ਸਾਰੇ ਪਿੰਡਾਂ 'ਚ ਅਸੀਂ ਜਾ ਚੁੱਕੇ ਹਾਂ। ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੱਡਾ ਵੱਡਾ ਮੁੱਦਾ, ਪਰ ਨਸ਼ਿਆਂ ਦੇ ਮੁੱਦੇ 'ਤੇ ਗੱਲ ਹੀ ਨਹੀਂ ਹੋ ਰਹੀ। ਨਸ਼ਿਆਂ ਦਾ ਮੁੱਦਾ ਗਾਇਬ ਹੀ ਕਰ ਦਿੱਤਾ ਗਿਆ, ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਦੇ ਉੱਤੇ, ਪਹਿਲਾਂ ਕੈਪਟਨ ਸਾਹਿਬ ਨੇ ਸਹੁੰ ਚੱਕੀ ਗੁਟਕਾ ਸਾਹਿਬ ਫੜ ਕੇ, ਉਦੋਂ ਬਾਅਦ
ਭਗਵੰਤ ਮਾਨ ਜੀ ਨੇ ਕਿਹਾ ਕਿ ਅਸੀਂ 4 ਮਹੀਨਿਆਂ 'ਚ ਕਰ ਦਾਂਗੇ। 5 ਸਾਲ ਉਹਨਾਂ ਦੇ ਰਾਜ 'ਚ ਵੀ, 26 ਮਹੀਨੇ ਇਹਨਾਂ ਨੂੰ ਹੋ ਗਏ, 10 ਸਾਲ ਇਹ ਬਾਲ ਵੀ ਰਹਿ ਗਏ। ਤਿੰਨੇ ਚਾਰੇ ਵਿੱਚੇ BJP, ਚਾਰਿਆਂ BJP ਅਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਰਿਹਾ ਸਰਕਾਰ ਰਹੀ ਹੈ ਲੰਮਾ ਸਮਾਂ, ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚਿੱਟੇ ਦੇ ਮੁੱਦੇ ਦੀ ਗੱਲ ਨਹੀਂ ਹੋ ਰਹੀ, ਨਾ ਇਹਨਾਂ ਦੇ ਭਾਸ਼ਣਾਂ 'ਚ। ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ, ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ, ਲੋਕਾਂ ਦੇ ਮੁੱਦੇ ਨੇ, ਉਹ ਬਾਰੇ ਜਾਣ। ਆਪਾਂ ਵੀ ਇੱਕ ਮਿੰਟ ਬਾਈ ਜੀ, ਆਪਾਂ ਵੀ ਕਿੱਥੇ ਖੜ੍ਹੇ ਹਾਂ, ਦੇਖੋ ਕਿੱਡੀ ਵੱਡੀ ਕਿੱਡੀ ਕੁ ਖਬਰ ਸੀਗੀ। ਅੱਜ ਰਾਜਾ ਵੜਿੰਗ ਜੀ ਕਾਗਜ਼ ਭਰਨ ਗਏ, ਕਹਿੰਦੇ ਜੀ ਰਾਜਾ ਵੜਿੰਗ ਜੀ, ਕਹਿੰਦੇ ਜੀ ਸੂਤਰਾਂ ਤੋਂ ਪਤਾ ਲੱਗਿਆ ਘਰੋਂ ਰੋਟੀ ਨਹੀਂ ਖਾ ਕੇ ਗਏ, ਗੱਡੀ 'ਚ ਉਹਨਾਂ ਦੀ ਧਰਮ ਪਤਨੀ ਰੋਟੀ ਖਵਾ ਰਹੀ ਹੈ। ਬਹੁਤ ਵੱਡੀ ਖਬਰ, ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁੱਖਤਾ ਦਿੱਤੀ ਆ। ਦੇਖੋ ਗੱਲ ਵੋਟ ਰਾਜਨੀਤੀ ਵੋਟ ਲਈ ਨਹੀਂ ਮੈਂ ਕਰ ਰਿਹਾ ਵੀ ਇਕੱਲੀਆਂ ਵੋਟਾਂ ਲੈਣ ਖਾਤਰ ਉਹਨੂੰ ਖੁਸ਼ ਕਰ ਦਾਂਗੇ, ਇਹਨੂੰ ਖੁਸ਼ ਕਰ ਦਾਂਗੇ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਕੁਦਰਤੀ ਵਸੀਲੇ ਜੋ ਸਾਡੇ ਆ, ਪਾਣੀ ਜ਼ਹਿਰੀਲੇ ਕਰ ਦਿੱਤੇ ਗਏ ਲਾ ਲਾ ਕੇ ਡਾਇੰਗ ਫੈਕਟਰੀਆਂ, ਲੁਧਿਆਣੇ ਦੇ ਵਿੱਚ ਕਿੰਨੀਆਂ ਡਾਇੰਗ ਫੈਕਟਰੀਆਂ, ਸਾਰਾ ਸਾਰਾ ਸਤਲੁਜ ਜ਼ਹਿਰ ਬਣਾਤਾ ਧਰਤੀ ਹੇਠਾਂ ਸਾਡੇ ਪਾਣੀ। ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ, 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ। ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀਆਂ ਨੂੰ ਜਾਂ ਖਾਸ ਤੌਰ 'ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਇਹ ਵਾਅਦੇ ਕੀਤੇ ਗਏ ਕਿ ਇਹ ਖਿੱਤਾ ਜਿੱਥੇ ਆਜ਼ਾਦੀ ਦਾ ਨਿੱਘ ਮੰਨਣਗੇ, ਪਰ ਲਗਾਤਾਰ ਧੱਕੇ ਹੋਏ। ਸਾਡਾ ਸੱਭਿਆਚਾਰ ਖਤਰੇ 'ਚ ਆ, ਸਾਡੀ ਬੋਲੀ ਖਤਰੇ 'ਚ ਆ, ਸਾਡੀ ਵਿਰਾਸਤ ਦਾਤ 'ਤੇ ਲੱਗੀ ਹੋਈ ਆ। ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰੇ ਹਾਂ ਵੀ ਪਹਿਲ ਦੇ ਆਧਾਰ 'ਤੇ ਅਸੀਂ ਕਿਸੇ ਵਿਰੋਧੀ ਨਹੀਂ ਹਾਂ। ਸਾਡਾ ਸਿਧਾਂਤ, ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀਵਾਲਤਾ ਦੀ ਗੱਲ ਕਰਦਾ, ਸਰਬੱਤ ਦੇ ਭਲੇ ਦੀ ਗੱਲ ਕਰਦਾ, ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ। ਪਰ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ, ਚਾਹੇ ਨੌਕਰੀਆਂ 'ਚ ਹੋਵੇ ਚਾਹੇ ਰੁਜ਼ਗਾਰ 'ਚ ਹੋਵੇ। ਹੁਣ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਚੜ੍ਹੇ ਬੈਠੇ ਆ, ਰੋਜ਼ ਡਾਂਗਾਂ ਖਾਂਦੇ ਆ, ਪੁਲਿਸ ਦੀਆਂ ਸਰਕਾਰਾਂ ਤੋਂ ਡਾਂਗਾਂ ਕਈ ਸਾਲ ਤੋਂ ਖਾ ਰਹੇ ਆ, ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਉਹ ਨੌਕਰੀਆਂ ਲੈ ਰਹੇ ਨੇ। ਭਗਵੰਤ ਮਾਨ ਜੀ ਕਹਿੰਦੇ ਵੀ 43,000 ਨੌਕਰੀ ਦੇਤੀ, ਉਹ 'ਚੋਂ ਗੈਰ ਪੰਜਾਬੀ ਕਿੰਨੇ ਆ? 52%, 53% ਬੰਦੇ ਬਾਹਰਲੇ ਸੂਬਿਆਂ ਦੇ ਆ। ਇਸ ਤਰ੍ਹਾਂ ਦੇ ਨਾਲ ਅਸੀਂ, ਹੁਣ ਮੇਰੀ ਗੱਲ ਸੁਣੋ, ਹਿਮਾਚਲ ਦੇ ਅੰਦਰ, ਰਾਜਸਥਾਨ ਦੇ ਅੰਦਰ, ਉੱਤਰਾਖੰਡ ਦੇ ਅੰਦਰ, ਨਾਗਾਲੈਂਡ ਦੇ ਵਿੱਚ, ਜੰਮੂ ਕਸ਼ਮੀਰ 'ਚ ਨਾ ਅਸੀਂ ਜ਼ਮੀਨ ਲੈ ਸਕਦੇ ਹਾਂ, ਨਾ ਅਸੀਂ ਨੌਕਰੀ ਲੈ ਸਕਦੇ ਹਾਂ, ਪਰ ਪੰਜਾਬ ਦੇ ਵਿੱਚ ਧੱਕਾ ਕਿਉਂ ਆ? ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70,000 ਦੇ ਕਰੀਬ ਹਿਮਾਚਲ ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਗਏ, ਅਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਿਮਾਚਲ, ਜਦੋਂ ਕਹਿੰਦੇ ਸੰਵਿਧਾਨ ਇੱਕ ਆ, ਕਾਨੂੰਨ ਇੱਕ ਆ, ਫਿਰ ਸਭ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ। ਨਹੀਂ ਜੀ, ਮੈਂ ਉਹਨਾਂ ਨੂੰ ਮਿਲਿਆ ਨਹੀਂ ਹਲੇ, ਮਿਲ ਕੇ ਗੱਲਬਾਤ ਕਰਾਂਗੇ। ਸਾਡਾ ਦੇਖੋ ਫਰਜ਼ ਆ, ਅਸੀਂ ਹਰ ਇੱਕ ਕੋਲ ਜਾਣਾ ਵੋਟ ਲੈਣ, ਜਿਹੜਾ ਪੰਜਾਬ ਪੱਖੀ ਬੰਦਾ, ਪੰਜਾਬ ਦੀ ਗੱਲ ਕਰਦਾ, ਪੰਜਾਬ ਦਾ ਦਰਦ ਰੱਖਦਾ, ਅਸੀਂ ਹਰ ਉਸ ਬੰਦੇ ਕੋਲ ਜਾਵਾਂ। ਦੇਖੋ ਜੀ, ਅਸੀਂ ਤਾਂ ਮੈਂ ਮੋਰਚਿਆਂ 'ਚ ਵੀ ਜਾਂਦੇ ਰਹੇ ਹਾਂ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵੀ ਕਰਦੇ ਰਹੇ ਹਾਂ, ਮਾਰਚ ਵੀ ਕੱਢਦੇ ਰਹੇ ਹਾਂ, ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਾਂ, ਅੱਜ ਵੀ ਪਿੰਡਾਂ 'ਚ ਬੋਲ ਰਹੇ ਹਾਂ। ਤੁਸੀਂ ਬਾਕੀ ਆਹ ਭਾਈ ਅੰਮ੍ਰਿਤਪਾਲ ਸਿੰਘ ਮਾਤਾ ਨਾਲ ਬੈਠੇ ਨੇ, ਇਹ ਵੀ ਸਾਡੇ ਨੌਜਵਾਨ ਡਿਬਰੂਗੜ੍ਹ ਜੇਲ੍ਹਾਂ 'ਚ ਬੰਦ ਨੇ, ਲਗਾਤਾਰ ਉਹ ਵੀ ਮੋਰਚਾ ਚੱਲ ਰਿਹਾ। ਸੋ ਅਸੀਂ ਤਾਂ ਹਰ ਉਹ ਪੰਜਾਬ ਦਾ ਪੱਖ ਲੈ ਕੇ ਚੱਲੇ ਹਾਂ। ਅਸੀਂ ਤਾਂ ਇਹ ਸੋਚਦੇ ਹਾਂ ਵੀ ਪੰਜਾਬ ਦੇ, ਅਸੀਂ ਮੈਂ ਗੱਲ ਤੁਹਾਨੂੰ ਬੇਨਤੀ ਕਰਦੇ ਹਾਂ, ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੈਂ ਰਾਜਨੀਤੀ ਕਰਨ ਲਈ, ਅਸੀਂ ਇੱਥੇ ਕੋਈ MP ਬਣ ਕੇ, ਜਿਵੇਂ ਇਹ ਬਣ ਕੇ ਉੱਥੇ ਪਹੁੰਚ ਜਾਂਦੇ ਆ, ਅਸੀਂ ਉਸ ਤਰ੍ਹਾਂ ਦੇ MP ਬਣਨ ਨਹੀਂ ਆਏ। ਅਸੀਂ ਇਸ ਪੰਜਾਬ ਦੀਆਂ ਨਸਲਾਂ ਬਚਾਉਣ ਲਈ ਤੁਰੇ ਹਾਂ, ਇਸ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਤੁਰੇ ਹਾਂ, ਵਿਰਾਸਤ ਨੂੰ ਬਚਾਉਣ ਲਈ ਤੁਰੇ ਹਾਂ। ਇਹ ਸਾਡਾ ਮਕਸਦ ਹੈ, ਇਹੀ ਟੀਚਾ, ਅਤੇ ਇਹੀ ਸਾਡਾ ਚੋਣ ਮੈਨੀਫੈਸਟੋ ਹੈ ਜੀ।
ਮਾਤਾ ਤੁਸੀਂ ਬਹੁਤ ਵਧੀਆ ਸੰਗਤ ਵੱਲੋਂ ਹੁੰਗਾਰਾ ਮਿਲ ਲਿਆ ਅਤੇ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਵੀ ਕਰਨੀ ਚਾਹੁੰਦੀ, ਬੇਨਤੀ ਵੀ ਕਰਨੀ ਚਾਹੁੰਦੀ ਹਾਂ ਕਿ ਲੱਖਾ ਸਧਾਣਾ ਜਿਹੜਾ ਇਹ ਬਠਿੰਡਾ ਤੋਂ ਚੋਣ ਲੜ ਰਹੇ ਆ ਅਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੇ, ਕਿਉਂਕਿ ਇੱਦਾਂ ਦੇ ਆਪਾਂ ਨੂੰ ਲੀਡਰਾਂ ਦੀ ਬਹੁਤ ਜ਼ਰੂਰਤ ਆ ਜਿਹੜਾ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਕਰਦਾ, ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢਣਾ ਚਾਹੁੰਦੇ, ਇਹੋ ਜਿਹੇ ਲੀਡਰਾਂ ਦੀ ਸਾਨੂੰ ਬਹੁਤ ਜ਼ਰੂਰਤ ਆ। ਕਿਉਂਕਿ ਅੱਗੇ ਕੋਈ ਕਿੰਨੀਆਂ ਵੀ ਸਰਕਾਰਾਂ ਆਈਆਂ, ਕਿਸੇ ਨੇ ਵੀ ਪੰਜਾਬ ਦੇ ਕਿਸੇ ਮੁੱਦੇ 'ਤੇ ਗੱਲ ਨਹੀਂ ਉਠਾਈ। ਬੰਦੀ ਸਿੰਘਾਂ ਦੀ ਜੇਲ੍ਹਾਂ 'ਚ 35-35 ਸਾਲ ਤੋਂ ਸਾਡੇ ਸਿੰਘ ਜਿਹੜੇ ਰੋਲ ਰਹੇ ਆ, ਕਿਸੇ ਨੇ ਉਸ ਮੁੱਦੇ 'ਤੇ ਗੱਲ ਨਹੀਂ ਉਠਾਈ। ਹੁਣ ਬੰਦੀ ਪੁਰਾਣੇ 'ਤੇ ਕੀ ਛੱਡਣੇ ਸੀ, ਨਵਿਆਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਕੇ ਸਾਲ ਤੋਂ ਉੱਪਰ ਡਿਬਰੂਗੜ੍ਹ ਭੇਜ ਦਿੱਤਾ, 50-55 ਜਿਹੜੇ ਆ ਕੁਛ ਅੰਮ੍ਰਿਤਸਰ ਦੀ ਜੇਲ੍ਹ 'ਚ ਆ, ਕਿਉਂਕਿ ਸਰਕਾਰਾਂ ਲਗਾਤਾਰ ਸਾਡੇ ਨਾਲ ਧੱਕਾ ਕਰ ਰਹੀਆਂ, ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ। ਅਤੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਨ ਕੇ ਚਾਹੁੰਦੀ ਕਿ ਇਹੋ ਜਿਹੇ ਲੀਡਰਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ, ਜੋ ਕਿ ਇਹੋ ਜਿਹੇ MP ਬਣ ਕੇ ਪਾਰਲੀਮੈਂਟ 'ਚ ਤੁਹਾਡੀ ਆਵਾਜ਼ ਲੈ ਕੇ ਜਾਣ, ਪੰਜਾਬ ਦੇ ਮੁੱਦੇ ਲੈ ਕੇ ਜਾਣ, ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਉਹ ਕੱਢਿਆ ਜਾਵੇ। ਸਾਰੀਆਂ ਸੰਗਤਾਂ ਨੂੰ ਮੈਂ ਅਪੀਲ ਕਰਦੀ ਹਾਂ, ਸੰਗਰੂਰ, ਬਠਿੰਡੇ, ਖਡੂਰ ਸਾਹਿਬ ਤੋਂ ਵੱਧ ਇਹ ਆਪਣੇ ਜਿਹੜੇ ਤੁਹਾਡੇ MP ਖੜ੍ਹੇ, ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ, ਕਿਉਂਕਿ ਇਹਨਾਂ ਦੇ ਜਿਹੜੇ ਨੌਜਵਾਨ ਇਹੋ ਜਿਹੇ MP ਆ ਹੱਕ ਸੱਚ ਦੀ ਗੱਲ ਕਰਨ ਵਾਲੇ, ਇਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਆ। ਨਹੀਂ, ਸਾਡਾ ਤਾਂ ਇਹੋ ਜਿਹਾ ਨਹੀਂ, ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਹਾਂ, ਜੇ ਜਿੱਤਾਂਗੇ ਤਾਂ ਸੱਚ ਅਤੇ ਹੱਕ ਦੀ ਗੱਲ ਕਰਾਂਗੇ, ਹਰ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਜਾਊਗੀ। ਖਡੂਰ ਸਾਹਿਬ ਬਹੁਤ ਹੀ ਵਧੀਆ ਸੰਗਤ ਦਾ ਹੰਗਾਰਾ ਮਿਲ ਰਿਹਾ ਅਤੇ ਬਹੁਤ ਹੀ ਸੰਗਤਾਂ ਦਾ ਉਤਸ਼ਾਹ ਆ। ਹਾਂਜੀ, ਮਤਲਬ ਹੀ ਨੇ ਜੀ, ਪੱਤਾ ਹੀ ਪਾੜ ਦਿਓ, ਫਿਲੋਸਫੀ ਕਿਵੇਂ ਚੇਂਜ ਹੋਜੂ। ਬਿਨਾਂ ਪਾਵਰਾਂ ਬਿਨਾਂ ਤਾਕਤਾਂ ਨੂੰ ਲੜੇ ਹਾਂ, ਪਾਣੀਆਂ ਦੇ ਮੁੱਦੇ 'ਤੇ, ਕਿਸਾਨੀ ਦੇ ਮੁੱਦੇ 'ਤੇ, ਮਜ਼ਦੂਰਾਂ ਲਈ, ਬੋਲੀ ਲਈ, ਪਰਚੇ ਵੀ ਹੋਏ, ਜੇਲ੍ਹਾਂ ਵੀ ਕੱਟੀਆਂ, ਸਿਰ 'ਤੇ ਨਾਮ ਵੀ ਰਿਹਾ, ਸੋ ਇਸ ਕਰਕੇ ਹਾਂਜੀ 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 ਸੋ ਮਤਲਬ ਹੀ ਨਹੀਂ। ਜੇ ਕਿਤੇ ਵਿਕਣ ਵਾਲੇ ਹੁੰਦੇ, ਝੁਕਣ ਵਾਲੇ ਜਾਂ ਦਬਣ ਵਾਲੇ ਹੁੰਦੇ, ਸਾਰੀਆਂ ਧਿਰਾਂ ਵੱਲੋਂ ਕਿਹਾ ਗਿਆ ਵੀ ਸਾਡੇ ਵੱਲੋਂ ਆ ਜਾ, ਪਰ ਇਹਨਾਂ ਦਾ ਪਟਾ ਪਾ ਕੇ ਗੱਲ 'ਚ ਇਹਨਾਂ ਦੀ ਗੁਲਾਮੀ ਨਹੀਂ ਕਰਨੀ, ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂਗੇ।